ਆਪਾਂ ਸਤਿਗੁਰੂ ਦੇ ਕੋਲ ਆ ਕੇ ਕੀ ਲੈ ਕੇ ਜਾਣਾ ਹੈ? ਸਤਿਗੁਰੂ ਨੂੰ ਲੈ ਕੇ ਜਾਣਾ, ਸਤਿਗੁਰੂ ਕੋਲੋਂ ਆ ਕੇ ਸਤਿਗੁਰੂ ਲੈ ਕੇ ਜਾਣਾ, ਸੱਚਾ ਗਿਆਨ ਲੈ ਕੇ ਜਾਣਾ, ਸਤਿਗੁਰੂ ਜੀ ਦੇ ਬਚਨਾਂ ਨੂੰ ਸੁਣ ਸਮਝ ਕੇ ਬਚਨ ਆਪਣੇ ਨਾਲ ਲੈ ਕੇ ਜਾਣੇ ਹੈ, ਬਚਨ ਆਪਣੀ ਜ਼ਿੰਦਗੀ 'ਚ ਲੈ ਕੇ ਜਾਣੇ ਹੈ। ਹੁਣ ਤੁਸੀਂ ਜ਼ਰਾ ਸੁਣੋ, ਅਸੀਂ ਪਤਾ ਕੀ ਕਰਦੇ ਹਾਂ, ਮੈਂ ਜੀ ਰੱਬ ਨਾਲ ਜੁੜਿਆ ਹੋਇਆ। ਅੱਛਾ, ਮੈਂ ਤੇ ਇੰਨੇ ਸਾਲਾਂ ਤੋਂ ਗੁਰੂ ਘਰ ਨਾਲ ਜੁੜਿਆ ਹੋਇਆ। ਅੱਛਾ ਜੀ, ਤੈਨੂੰ ਗੁਰੂ ਘਰ ਚੋਂ ਕੀ ਕੀ ਮਿਲਿਆ? ਤੈਨੂੰ ਗੁਰੂ ਘਰ ਚੋਂ ਕੀ ਕੀ ਮਿਲਿਆ? ਅੱਗੋਂ ਪਤਾ ਕੀ ਕਹਿੰਦਾ, ਮੈਨੂੰ ਜੀ ਗੁਰੂ ਘਰ ਚੋਂ ਪੁੱਤਰ ਮਿਲਿਆ। ਤੇ ਇੱਕ ਬੰਦਾ ਉਹ ਹੈ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ, ਰੋਜ਼ ਰੱਬ ਨੂੰ ਚਾਰ ਗਾਲਾਂ ਕੱਢਦਾ ਹੈ, ਉਹ ਕਹਿੰਦਾ ਪੁੱਤ ਤੇ ਮੈਨੂੰ ਵੀ ਮਿਲਿਆ। ਮੈਂ ਤੇ ਰੱਬ ਨੂੰ ਮੰਨਦਾ ਹੀ ਨਹੀਂ, ਮੈਂ ਤੇ ਕਦੇ ਵੜਿਆ ਹੀ ਨਹੀਂ ਗੁਰਦੁਆਰੇ, ਮੈਨੂੰ ਵੀ ਮਿਲਿਆ। ਤੂੰ ਕਹਿੰਦਾ ਮੇਰੀ ਫਸਲ ਬੜੀ ਵਧੀਆ ਹੋਈ ਆ, ਉਹ ਕਹਿੰਦਾ ਮੈਂ ਤੇ ਰੱਬ ਨੂੰ ਗਾਲਾਂ ਕੱਢਦਾ, ਫਸਲ ਤੇ ਮੇਰੀ ਵੀ ਵਧੀਆ ਹੋਈ ਆ, ਹੋਰ ਵਿਖਾ ਕੀ ਹੈ ਤੇਰੇ ਕੋਲ। ਤੂੰ ਕਹਿੰਦਾ ਮੈਨੂੰ ਗੁਰੂ ਘਰ, ਮੈਨੂੰ ਤੇ ਕੋਠੀ ਦਿੱਤੀ ਹੈ ਗੁਰੂ ਸਾਹਿਬ ਨੇ, ਉਹ ਕਹਿੰਦਾ ਮੈਂ ਤੇ ਗਾਲਾਂ ਕੱਢਦਾ ਰੋਜ਼। ਰੱਬ ਰੂਬਰੂ ਕਿਹੜਾ ਰੱਬ, ਕੋਠੀ ਤੇਰੇ ਨਾਲੋਂ ਵਧੀਆ ਮੈਂ ਵੀ ਬਣਾ ਲਈ, ਹੋਰ ਤਾਂ ਹੋਰ ਵਿਖਾ ਕੀ ਮਿਲਿਆ। ਵੀ ਜਿਹੜੇ ਕਾਮਰੇਡ ਹੁੰਦੇ ਨੇ ਰੱਬ ਨੂੰ ਮੰਨ ਕੇ, ਉਹਨਾਂ ਦੇ ਬੱਚੇ ਨਹੀਂ ਹੁੰਦੇ? ਬੋਲੋ ਬੋਲੋ ਜੀ, ਹੁੰਦੇ ਨੇ ਕੀ? ਉਹਨਾਂ ਦੀਆਂ ਕੋਠੀਆਂ ਨਹੀਂ ਬਣਦੀਆਂ? ਬੋਲੋ ਸਿੰਘੋ, ਕੀ ਉਹਨਾਂ ਦੇ ਬੱਚੇ ਪਾਸ ਨਹੀਂ ਹੁੰਦੇ? ਕੀ ਉਹਨਾਂ ਦੇ ਬੱਚੇ ਵਿਦੇਸ਼ਾਂ 'ਚ ਪੜ੍ਹਨ ਨਹੀਂ ਜਾਂਦੇ? ਕੀ ਉਹਨਾਂ ਦੇ ਅਮਰੀਕਾ ਕੈਨੇਡਾ ਦੇ ਵੀਜ਼ੇ ਨਹੀਂ ਲੱਗਦੇ? ਫਿਰ ਵੱਖਰਾ ਕੀ? ਜੇ ਤੂੰ ਕਹੇਗਾ ਮੈਂ ਗੁਰਦੁਆਰਿਓ ਮੈਨੂੰ ਪੁੱਤ ਮਿਲਿਆ, ਤੈਨੂੰ ਕਾਮਰੇਡ ਕਹੇਗਾ ਵੇਖ ਮੈਨੂੰ ਕਿੱਥੋਂ ਮਿਲਿਆ, ਮੈਂ ਤਾਂ ਮੰਨਦਾ ਹੀ ਨਹੀਂ ਗੁਰਦੁਆਰੇ ਮੈਂ, ਮੈਨੂੰ ਕਿੱਥੋਂ ਮਿਲਿਆ? ਸੋਚ ਕੇ ਵੇਖੋ ਜਰਾ, ਦਿਮਾਗ ਤੇ ਬੋਝ ਪਾਓ ਮਾੜਾ ਜਿਹਾ, ਕਿਰਪਾ ਕਰਕੇ ਧਿਆਨ ਦਿਓ ਇਹਨਾਂ ਗੱਲਾਂ। ਅਸੀਂ ਖੜੇ ਕਿੱਥੇ ਆ, ਸਮਝ ਕੀ ਬੈਠੇ ਆ? ਅਸੀਂ ਕਿੱਡੇ ਉਲਟ ਡੈਫੀਨੇਸ਼ਨ ਸਮਝ ਕੇ ਬੈਠੇ, ਕਨਸੈਪਟ ਕੀ ਹੈ ਸਮਝਿਆ ਕੀ ਫਿਰਦੇ ਆ, ਕਿੱਡੀ ਉਲਟ ਗੱਲ ਹੈ। ਕਿਰਪਾ ਕਰਕੇ ਇਸ ਚੀਜ਼ ਨੂੰ ਨੋਟ ਕਰੋ। ਉਹ ਬੰਦਾ ਕਹਿੰਦਾ ਯਾਰ ਤੂੰ ਕਹਿੰਦਾ ਮੇਰੇ ਮੇਰੇ ਰੱਬ ਨੇ ਪੁੱਤਰ ਦਿੱਤਾ ਹੈ ਤੇ ਪੁੱਤਰ ਤੇ ਮੇਰੇ ਵੀ ਹੈ, ਕੀ ਤੁਸੀਂ ਪੁੱਤਰ ਨੂੰ ਰੱਬ ਦੀ ਬਖਸ਼ਿਸ਼ ਮੰਨਦੇ ਹੋ? ਕੀ ਕੋਠੀ ਨੂੰ ਰੱਬ ਦੀ ਬਖਸ਼ਿਸ਼ ਮੰਨਦੇ ਹੋ? ਕੋਠੀ ਤੇ ਫਿਰ ਮੈਨੂੰ ਵੀ ਮਿਲ ਗਈ, ਮੈਂ ਤੇ ਰੱਬ ਨੂੰ ਮੰਨਿਆ ਨਹੀਂ, ਬਖਸ਼ਿਸ਼ ਮੇਰੇ ਤੇ ਤੇਰੇ ਨਾਲੋਂ ਵੱਡੀ ਹੈ ਨਾਲੇ ਬਖਸ਼ਿਸ਼। ਜੇ ਬੱਚਿਆਂ ਨੂੰ ਬਖਸ਼ਿਸ਼ ਮੰਨਦੇ ਹੋ ਤੇ ਤੇਰੇ ਨਾਲੋਂ ਵੱਧ ਨੇ ਮੇਰੇ, ਫਿਰ ਬੇਬੇ ਨਾਨਕੀ ਤੇ ਰੱਬ ਦੀ ਬਖਸ਼ਿਸ਼ ਨਹੀਂ ਸੀ? ਬੋਲੋ ਜਰਾ। ਬੇਬੇ ਨਾਨਕੀ ਦੇ ਕੋਈ ਬੱਚਾ ਨਹੀਂ ਸੀ, ਗੁਰੂ ਨਾਨਕ ਸਾਹਿਬ ਜੀ ਦੀ ਭੈਣ ਸੀ, ਕੀ ਉਹਦੇ ਤੇ ਰੱਬ ਦੀ ਬਖਸ਼ਿਸ਼ ਨਹੀਂ ਸੀ? ਗੁਰਸਿੱਖੋ, ਤੁਹਾਡੇ ਕੋਲ ਵਿਖਾਣ ਨੂੰ ਹੈ ਕੀ? ਫਿਰ ਕਿਹੜੀ ਚੀਜ਼ ਵਿਖਾਏਗਾ? ਜਿਹੜੇ ਰੱਬ ਨੂੰ ਨਹੀਂ ਮੰਨਦੇ ਪੁੱਤ ਤੇ ਉਹ ਵੀ ਵਿਖਾਈ ਜਾਣਗੇ। ਜੇ ਤੂੰ ਕੋਠੀ ਵਿਖਾਏਗਾ, ਅਗਲਾ ਤੈਨੂੰ ਉਦੋਂ ਵੱਡੀ ਕੋਠੀ ਵਿਖਾ ਦੇਗਾ। ਜਿੱਦਣ ਮੀਂਹ ਪੈਂਦਾ ਹੈ ਤੇਰੀ ਜ਼ਮੀਨ ਵਿੱਚ ਵੀ ਪੈਂਦਾ ਹੈ, ਤੇ ਕਾਮਰੇਡਾਂ ਦੀਆਂ ਜ਼ਮੀਨਾਂ 'ਚ ਵੀ ਮੀਂਹ ਪੈਂਦਾ ਹੈ, ਰੱਬ ਨੂੰ ਗਾਲਾਂ ਕੱਢਣ ਵਾਲਿਆਂ ਦੀਆਂ ਜ਼ਮੀਨਾਂ 'ਚ ਵੀ ਮੀਂਹ ਪੈਂਦਾ ਹੈ, ਵਿਖਾਏਗਾ ਫਿਰ ਕੀ? ਦੱਸੋ ਫਿਰ ਵੱਖਰੀ ਚੀਜ਼ ਕੀ ਹੈ? ਵੱਖਰੀ ਚੀਜ਼ ਇਹ ਹੈ ਓਏ ਪਿਆਰਿਆ, ਆ ਗੁਰੂ ਜੀ ਦਾ ਸੱਚਾ ਗਿਆਨ, ਪਰ ਨਾਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ, ਗੰਦਮੰਦ ਸੁਣਨਾ ਨਹੀਂ, ਗੰਦਮੰਦ ਬੋਲਣਾ ਨਹੀਂ, ਮਾੜੇ ਵਿਚਾਰ ਮੇਰੇ ਡਿਲੀਟ ਹੋ ਗਏ ਮੇਰੀ ਜ਼ਿੰਦਗੀ 'ਚ, ਉਹ ਮੈਂ ਮਾੜਾ ਕੰਮ ਤੇ ਕੀ ਕਰਨਾ ਹੈ, ਮੈਨੂੰ ਮਾੜਾ ਫੁਰਨਾ ਵੀ ਨਹੀਂ ਆਉਂਦਾ, ਇਹ ਸਾਰਾ ਕੁਝ ਮੇਰੇ ਗੁਰੂ ਜੀ ਨੇ ਮੈਨੂੰ ਸਿਖਾਇਆ ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਸਾਰਾ ਕੁਝ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਹੈ। ਲਿਆ ਕਾਮਰੇਡਾ ਵਿਖਾ, ਤੇਰੇ ਕੋਲ ਹੈ ਸਾਰਾ ਕੁਝ, ਇਹ ਵਿਖਾ। ਇੱਥੇ ਫੇਲ ਪੈ ਜਾਏਗਾ ਅਗਲਾ। ਸਤਿਗੁਰੂ ਦਾ ਬਚਨ ਜਿਹੜੇ ਤੇਰੇ ਕੋਲ, ਅਕਲ ਹੋਣੀ ਹੈ ਨਾ ਜਿਹੜੀ, ਉਹ ਨਹੀਂ ਉਹਦੇ ਕੋਲ ਹੋਣੀ। ਜਿਹੜੇ ਅਨਸਰ ਹੋਣਗੇ ਉਹ ਨਹੀਂ ਹੋਣੇ, ਜਿਹੜੇ ਜਵਾਬ ਦੇ ਸਕਦਾ ਉਹ ਨਹੀਂ ਦੇ ਸਕਦਾ, ਉਹ ਜਿਹੜਾ ਤੇਰੇ ਅੰਦਰ ਪਿਆਰ ਭਰਿਆ ਮਨੁੱਖਤਾ ਪ੍ਰਤੀ ਉਹ ਨਹੀਂ ਹੋਣਾ ਉਹਦੇ ਕੋਲ। ਜਿਹੜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਤੈਨੂੰ ਪਰਉਪਕਾਰ ਦੀ ਬਿਰਦੀ ਦਿੱਤੀ ਹੈ, ਜਿਹੜੀ ਗੁਰੂ ਸਾਹਿਬ ਦੇ ਸੱਚੇ ਗਿਆਨ ਕਰਕੇ ਜਿਹੜੀ ਤੈਨੂੰ ਮਿਲੀ ਹੈ ਨਾ, ਉਹ ਨਹੀਂ ਹੋਣੀ ਅਕਲ। ਇੱਥੋਂ ਲੈਣਾ ਕੀ ਸੀ? ਤੂੰ ਮੰਗਦਾ ਕੋਠੀਆਂ ਤੇ ਸਭ ਨੂੰ ਮਿਲ ਜਾਂਦੀਆਂ ਜੀ, ਜ਼ਮੀਨਾਂ, ਜਾਇਦਾਦਾਂ, ਪ੍ਰਾਪਰਟੀਆਂ ਸਭ ਨੂੰ ਮਿਲ ਜਾਂਦੀਆਂ, ਇਹ ਦਾਤਾ ਕਾਹਦਾ ਹੈ? ਲਓ ਹੁਣ ਪੜ੍ਹੋ, ਹਮ ਮੈਲੇ ਉਜਲ ਕਰ, ਮੈਲਾ ਮੈਂ, ਮੈਨੂੰ ਲੋੜ ਕਾਹਦੀ ਹੈ? ਹਮ ਨਿਰਗੁਣ, ਤੂੰ ਨਿਰਗੁਣ, ਹਾਂ ਮੈਨੂੰ ਕਾਹਦੀ ਲੋੜ ਹੈ ਜੀ? ਫਿਰ
ਦੱਸੋ ਜੀ ਕੋਠੀ ਦੀ ਲੋੜ ਮੰਗੀ ਐ ਇੱਥੇ ਕਿ ਜ਼ਮੀਨ ਦਿਓ ਕਿ ਮੈਨੂੰ ਮੈਂ ਨਿਰਗੁਣਾ ਮਤਲਬ ਮੈਨੂੰ ਕੀ ਦਿਓ ਫਿਰ ਗੁਣ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਵ ਕਲਾ ਕਾ ਗਿਆਤਾ ਸੁਣੋ ਅੱਗੇ ਮਾਧੋ ਹਮ ਐਸੇ ਬੋਲਿਆ ਕਰੋ ਜਿਹਨੂੰ ਪੰਕਤੀ ਆਉਂਦੀ ਮਾਧੋ ਹਮ ਐਸੇ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਤੇਰਾ ਦੇਸ਼ ਬੜਾ ਵਧੀਆ ਕਿ ਜਿੱਥੋਂ ਸਾਨੂੰ ਗੁਣ ਮਿਲਦੇ ਆ ਤੇਰਾ ਦੇਸ਼ ਬਹੁਤ ਵਧੀਆ ਜਿੱਥੇ ਗੁਣ ਮਿਲਦੇ ਆ ਰੱਬਾ ਜਿੱਥੇ ਤੂੰ ਰਹਿੰਦਾ ਨੀਕੋ ਠਾਕੁਰ ਦੇਸਾ ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਤੇ ਰੱਬ ਦਾ ਦੇਸ਼ ਕਿੱਥੇ ਆ ਜੀ ਬੋਲੋ ਮੇਰੇ ਰੱਬ ਜੀ ਦਾ ਦੇਸ਼ ਕਿੱਥੇ ਆ ਜੀ ਉੱਤੇ ਆ ਕਿਤੇ ਦੱਸੋ ਉੱਤੇ ਕਿਤੇ ਦੇਸ਼ ਹੈ ਕਿਸੇ ਖਾਸ ਥਾਂ ਤੇ ਹੈ ਨੀਕੋ ਠਾਕੁਰ ਦੇਸਾ ਦਾ ਮਤਲਬ ਭਾਵ ਤੇਰਾ ਦੇਸ਼ ਬੜਾ ਵਧੀਆ ਦੇਸ਼ ਕਿਹੜਾ ਜੀ ਤੇਰਾ ਵਿੱਚ ਸੰਗਤ ਹਰ ਪ੍ਰਭ ਇੱਥੇ ਹੀ ਵਸਦਾ ਇਹ ਜਗ ਸੱਚੇ ਕੀ ਹੈ ਸੱਚੇ ਕਾ ਵਿੱਚ ਤੇਰਾ ਦੇਸ਼ ਆਹੋ ਹੀ ਹੈ ਆਹ ਦੇਸ਼ ਹੈ ਤੇਰਾ ਸੰਗਤ ਵਿੱਚ ਆ ਕੇ ਨੀਕੋ ਠਾਕੁਰ ਦੇਸਾ ਅੱਗੇ ਸੁਣੋ ਤੁਮ ਸਭ ਸਾਜੇ ਸਾਜ ਜੀਓ ਪਿੰਡ ਦੇ ਲਓ ਹੁਣ ਇੱਥੇ ਇੱਥੇ ਲਿਆਇਓ ਧਿਆਨ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੇ ਦਾਨ ਕਾਹਦਾ ਮੰਗਣਾ ਸੀ ਭਲਾ ਤੁਮ ਦਾਨ ਦੇਹੋ ਕਾਹਦਾ ਕਾਹਦਾ ਦਾਨ ਗੁਣਾਂ ਦਾ ਜੇ ਗੁਣ ਹੁਣ ਮਿਲ ਗਏ ਤੈਨੂੰ ਤੇ ਉਹ ਜਿਹੜਾ ਬੰਦਾ ਰੱਬ ਨੂੰ ਨਹੀਂ ਮੰਨਦਾ ਤੈਨੂੰ ਗੁਣ ਨਹੀਂ ਵਿਖਾ ਸਕਦਾ ਕੋਠੀ ਵਿਖਾ ਸਕਦਾ ਤੈਨੂੰ ਪ੍ਰੋਪਰਟੀ ਵਿਖਾ ਸਕਦਾ ਉਹ ਕਹੇਗਾ ਮੈਂ ਰੱਬ ਨੂੰ ਨਹੀਂ ਮੰਨਦਾ ਆ ਪੁੱਤ ਤੇ ਮੇਰੇ ਵੀ ਹੈ ਜਦੋਂ ਕਹੇਗਾ ਨਾ ਵੀ ਮੈਂ ਗੁਰੂ ਕੋਲੋਂ ਗੁਣ ਮੰਗੇ ਐ ਆ ਖਜ਼ਾਨਾ ਭਰਤਾ ਮਾਲਕ ਨੇ ਮੇਰੀ ਝੋਲੀ ਭਰਤੀ ਆ ਝੋਲੀ ਇੱਥੇ ਪੈਣੇ ਨੇ ਇੱਥੇ ਸੁਰਤ ਵਿੱਚ ਅਕਲ ਸਮਝ ਉਹ ਗੁਣ ਗੁਣਾਂ ਦਾ ਖਜ਼ਾਨਾ ਮਾਲਕ ਹੈ ਗੁਣ ਦੇ ਦੇਣਗੇ ਇਹ ਵਿਖਾ ਹੈ ਤੇਰੇ ਕੋਲ ਸਤਿਗੁਰੂ ਕੋਲੋਂ ਗੁਣ ਲੈਣ ਆਉਣਾ ਗੁਣ ਮਤਲਬ ਸੱਚਾ ਗਿਆਨ ਮਤਲਬ ਬਚਨ ਬਚਨ ਹੀ ਸਤਿਗੁਰੂ ਹੈ ਝੋਲੀ ਚ ਕੀ ਪਵਾਉਣਾ ਬਚਨ ਸੱਚਾ ਗਿਆਨ ਜਿਹੜਾ ਨਹੀਂ ਕਿਸੇ ਨੂੰ ਮਿਲ ਸਕਣਾ ਜੋ ਨਹੀਂ ਵਿਖਾ ਸਕਦਾ ਕੋਈ ਉਹ ਤੈਨੂੰ ਸੱਚੇ ਗਿਆਨ ਚੋਂ ਹੀ ਮਿਲ ਸਕਦਾ ਹੈ ਤੇ ਜਿਹਨੂੰ ਸੱਚਾ ਗਿਆਨ ਮਿਲ ਜਾਂਦਾ ਹੈ ਉਹਨੂੰ ਕੋਠੀਆਂ ਨਾ ਵੀ ਮਿਲਣੋ ਕਹਿੰਦਾ ਮੇਰਾ ਸਰ ਗਿਆ ਯਾਰ ਸਰ ਗਿਆ ਨਹੀਂ ਬੱਚਾ ਹੋਇਆ ਕਹਿੰਦੇ ਸਰ ਗਿਆ ਜਦੋਂ ਗੁਣਾਂ ਨਾਲ ਮਾਲਕ ਨੇ ਭਰਪੂਰ ਕਰਤਾ ਮਗਰ ਕੀ ਰਹਿ ਗਿਆ ਨਿਰਗੁਣ ਯਾਰੇ ਬੋਲਿਆ ਕਰੋ ਸਿੰਘੋ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨਾ ਦਾਨ ਦਿਓ ਕਾਹਦਾ ਗੁਣਾਂ ਦਾ ਤੂੰ ਤੇ ਸਦਾ ਹੀ ਭਲਾ ਕਰਦਾ ਅਸੀਂ ਮੂਰਖ ਤੇ ਜਾਣਿਆ ਹੀ ਨਹੀਂ ਅਸੀਂ ਤੇ ਅਸੀਂ ਕਮਲੇ ਹੋਰ ਹੀ ਕੁਝ ਮੰਗੀ ਜਾਂਦੇ ਆ ਮਾਲਕ ਜੀ ਕੋਠੀ ਦੇ ਦਿਓ ਮਾਲਕ ਜੀ ਗੱਡੀ ਦੇ ਦਿਓ ਮਾਲਕ ਜੀ ਪੁੱਤ ਦੇ ਦਿਓ ਬੜੀ ਦੁਨੀਆ ਰੱਬ ਨੂੰ ਮੰਨਦੀ ਨਹੀਂ ਗੋਰੇ ਬੜੇ ਨੇ ਜੀ ਸਾਡੇ ਨਾਲੋਂ ਵਧੀਆ ਘਰ ਨੇ ਉਹਨਾਂ ਦੇ ਪੁੱਤ ਪੁੱਤੇ ਸਭ ਕੁਝ ਰੱਬ ਨੇ ਉਹਨਾਂ ਨੂੰ ਦਿੱਤਾ ਹੋਇਆ ਉਹਨਾਂ ਨੇ ਤੇ ਕਦੇ ਮੰਗਿਆ ਹੀ ਨਹੀਂ ਆਹ ਚੀਜ਼ਾਂ ਤੇ ਮੰਗਦੇ ਹੀ ਨਹੀਂ ਕਦੀ ਉਹ ਪਰ ਅਸੀਂ ਤੁਮ ਕਰੋ ਹੋ ਭਲਾ ਤੂੰ ਗੁਣ ਦੇਣਾ ਚਾਹੁੰਦਾ ਅਸੀਂ ਕਮਲਿਆਂ ਨੇ ਕਦੇ ਮੰਗੇ ਹੀ ਨਹੀਂ ਗੁਣ ਅਸੀਂ ਅਕਲ ਤੇ ਮੰਗੀ ਨਹੀਂ ਕਦੇ ਤੇਰੇ ਕੋਲ ਆ ਕੇ ਵੀ ਗੁਣ ਦਿਓ ਤੁਮ ਕਰੋ ਹੋ ਭਲਾ ਹਮ ਭਲੋ ਨਾ ਜਾਣਾ ਤੂੰ ਸਦਾ ਸਦਾ ਦਇਆਲਾ ਤੁਸੀਂ ਤੇ ਸਦਾ ਹੀ ਦਿਆਲੂ ਸੀ ਤੁਸੀਂ ਤੇ ਖਜ਼ਾਨਾ ਭਰੀ ਬੈਠੇ ਸੀ ਵੀ ਲੈ ਲੈ ਭਾਈ ਤੂੰ ਗੁਣ ਕਦੇ ਮੰਗਿਆ ਹੀ ਨਹੀਂ ਅਕਲ ਮੰਗੀ ਨਹੀਂ ਵੀ ਬਾਣੀ ਦਾ ਗਿਆਨ ਦਿਓ ਸਮਝ ਦਿਓ ਸਮਝ ਮੰਗਣੀ ਸੀ ਅਕਲ ਮੰਗਣੀ ਸੀ ਗੁਣ ਮੰਗਣੇ ਸੀ ਤੁਮ ਦਾਨ ਦੇਹੋ ਮਿਹਰਬਾਨਾ ਤੁਮ ਕਰੋ ਹੋ ਭਲਾ ਲੋ ਪੜੋ ਹਮ ਭਲੋ ਨਾ ਜਾਣਾ ਤੁਮ ਕਰੋ ਹੋ ਭਲਾ ਹਮ ਭਲੋ ਨਾ ਜਾਣੇ ਤੁਮ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਬੇਦਾਤੇ ਤੁਮ ਰੱਖੋ ਆਪਣੇ ਬਾਲਾ ਆਪਣੇ ਬੱਚਿਆਂ ਵਾਂਗੂ ਰੱਖਦੇ ਹੋ ਤੁਸੀਂ ਤੁਮ ਸੁਖਦਾਈ ਪੁਰਖ ਬਿਦਾਤੇ ਤੁਮ ਰੱਖੋ ਆਪਣੇ ਬਾਲਾ ਬੱਚਿਆਂ ਆਪਣਿਆਂ ਨੂੰ ਕਿਰਪਾ ਕਰਦੇ ਤੁਮ ਰੱਖੋ ਆਪਣੇ ਬਾਲਾ ਤੇਰਾ ਖਜ਼ਾਨਾ ਹੀ ਬਹੁਤ ਵੱਡਾ ਗੁਣ ਜਿਹੜੇ ਦੇਣਾ ਤੂੰ ਅਕਲ ਦੇਣਾ ਜਿਹੜੀ ਛੋਟਾ ਜਿਹਾ ਖਜ਼ਾਨਾ ਕਿਤੇ ਨਾ ਜੀ ਨਾ
ਤੂੰ ਤੇ ਪੱਕਾ ਸੁਲ ਤੇਰੀ ਤੇਰੀ ਜਿਹੜੀ ਸੁਲਤਾਨੀ ਤੇਰੀ ਬਾਦਸ਼ਾਹਤ ਉਹ ਅਟਲ ਹੈ ਤੁਮ ਨਿਧਾਨ ਅਟਲ ਸੁਲਤਾਨ ਸਾਰੇ ਤੇਰੇ ਅੱਗੇ ਜਾਚਨਾ ਕਰਦੇ ਆ ਜੀ ਜੰਤ ਸਭ ਜਾਚੈ ਤੇ ਮੈਨੂੰ ਅਕਲ ਕਿੱਥੋਂ ਮਿਲੇਗੀ ਕਹੋ ਨਾਨਕ ਹਮ ਇਹ ਹੈ ਹਵਾਲਾ ਸਾਡਾ ਤੇ ਉਹੀ ਹਾਲ ਹੈ ਮੂਰਖਾਂ ਦਾ ਇਹੋ ਹੀ ਹਾਲ ਹੈ ਸਾਡਾ ਕਮਲਿਆਂ ਦਾ ਅਸੀਂ ਮੰਗਦੇ ਨਹੀਂ ਸਾਨੂੰ ਗੁਣ ਲੈਣੇ ਨਹੀਂ ਆਏ ਅਕਲ ਮੰਗੀ ਨਹੀਂ ਅਸੀਂ ਪਰ ਗੁਰੂ ਜੀ ਸਾਨੂੰ ਜਾਚ ਸਿਖਾਉਂਦੇ ਵੀ ਇਦਾਂ ਮੰਗ ਲਿਆ ਕਰੋ ਕਹੋ ਨਾਨਕ ਹਮ ਇਹ ਹੈ ਹਵਾਲਾ ਲੋਪਣ ਦਿਓ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਸਾਨੂੰ ਸੰਗਤ ਵਿੱਚ ਰੱਖੋ ਗੁਰਮੁਖਾਂ ਦੀ ਸੰਗਤ ਵਿੱਚ ਰੱਖੋਗੇ ਤੇ ਮੇਰਾ ਭਲਾ ਹੋ ਸਕਦਾ ਸਾਡਾ ਮੂਰਖਾਂ ਦਾ ਤੇ ਉਹੀ ਕਮਲਿਆਂ ਦਾ ਹਾਲ ਹੈ ਅਸੀਂ ਤੇ ਹੋਰ ਹੀ ਕੁਝ ਮੰਗੀ ਜਾਂਦੇ ਹਾਂ ਮੰਗਣੇ ਗੁਣ ਸੀ ਅਕਲ ਮੰਗਣੀ ਸੀ ਗੁਰਮੁਖੋ ਅਕਲ ਵਾਲਿਆਂ ਦੀਆਂ ਦੱਸਿਓ ਭਲਾ ਅਕਲ ਵਾਲੇ ਸਮਝਦਾਰਾਂ ਦੀਆਂ ਜੇਬਾਂ ਖਾਲੀ ਰਹਿੰਦੀਆਂ ਕਿ ਭਰੀਆਂ ਰਹਿੰਦੀਆਂ ਬੋਲੋ ਭਰੀਆਂ ਹੀ ਰਹਿੰਦੀਆਂ ਉਹਨਾਂ ਨੂੰ ਘਾਟਾ ਕੋਈ ਨਹੀਂ ਅਕਲ ਵਾਲਿਆਂ ਦੇ ਆਪੇ ਕਾਰਜ ਰਾਸ ਹੁੰਦੇ ਨੇ ਮਿਹਨਤੀ ਹੋਣਗੇ ਭੁੱਖੇ ਨਹੀਂ ਮਰਦੇ ਗੁਣ ਲਈਏ ਗੁਣ ਮੰਗੀਏ ਇਹ ਗੁਣਾਂ ਦਾ ਦਾਤਾ ਹੈ ਇੱਥੋਂ ਗੁਣ ਲੈਣ ਆਏ ਆ ਇੱਥੋਂ ਸਮਝ ਲੈਣੀ ਹੈ ਇੱਥੋਂ ਅਕਲ ਲੈਣੀ ਹੈ ਮਾਧੋ ਹਮ ਐਸੇ ਤੂੰ ਐਸਾ ਅਸੀਂ ਕੀ ਮੰਗੀ ਜਾਂਦੇ ਹਾਂ ਤੂੰ ਦੇਣਾ ਕੀ ਚਾਹੁੰਦਾ ਕਿੰਨਾ ਫਰਕ ਹੈ ਵੇਖੋ ਫਿਰ ਸਮਝ ਆਏਗੀ ਜਦੋਂ ਆਹ ਪੰਕਤੀ ਫਿਰ ਦੱਸਿਓ ਇਹਦਾ ਅਰਥ ਕੀ ਬਣਿਆ ਜੋ ਮੰਗ ਹੈ ਠਾਕੁਰ ਸੋਈ ਸੋਈ ਜਿਹੜੇ ਕਦੇ ਰੱਬ ਤੋਂ ਕੁਛ ਮੰਗਦੇ ਹੀ ਨਹੀਂ ਜਿਹੜੇ ਰੱਬ ਨੂੰ ਹੀ ਨਹੀਂ ਮੰਨਦੇ ਰੱਬ ਤੋਂ ਕੀ ਮੰਗਣਗੇ ਇਹ ਤੇ ਰੱਬ ਤੇ ਉਹਨਾਂ ਨੂੰ ਵੀ ਦੇਈ ਜਾਂਦਾ ਸਾਰਾ ਕੁਝ ਇਹ ਤੇ ਪ੍ਰਕਿਰਿਆ ਹੈ ਤੇ ਨੇਚਰ ਹੈ ਇਹ ਤੇ ਸਿਸਟਮ ਹੀ ਇਦਾਂ ਦਾ ਫਿਰ ਇਹਦਾ ਅਰਥ ਕੀ ਬਣੇਗਾ ਜੇ ਗੁਣ ਮੰਗੇਗਾ ਪਿਆਰਿਆ ਲਓ ਪੂਰਾ ਸ਼ਬਦ ਸੁਣੋ ਚਤੁਰ ਦਿਸ਼ਾ 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 ਕੀਨੋ ਬਲ ਆਪਣਾ ਸਿਰ ਉੱਪਰ ਕਰਤਾ ਰਿਹਾ ਸਿਰ ਉੱਪਰ ਕਰਤਾ ਰਿਹਾ